2024 ਦੇ ਵਿੱਚ ਜੇ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਰੁਕ ਜਾਓ। 2024 ਦੇ ਵਿੱਚ ਕਿਹੜੇ-ਕਿਹੜੇ ਅਪਡੇਟ ਆਏ? ਜੇਕਰ ਤੁਸੀਂ ਪਲੱਸ 2 ਤੋਂ ਬਾਅਦ ਅਪਲਾਈ ਕਰ ਰਹੇ ਹੋ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਤਾਂ ਸਿਰਫ ਤੇ ਸਿਰਫ 1 ਸਾਲ ਦਾ ਹੀ ਗੈਪ ਅਸੈਪਟੇਬਲ ਹੈ। ਤਾਂ ਸਿਰਫ CBSE ਤੇ ICSE ਬੋਰਡ ਨੂੰ ਹੀ ਵੀਜ਼ਾ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ। ਤਾਂ ਤੁਹਾਨੂੰ ਸੈਲਰੀ ਇਨ ਅਕਾਊਂਟ ਚਾਹੀਦੀ ਹੈ, ਬੈਂਕ ਸਟੇਟਮੈਂਟ ਤੁਹਾਡੀ ਹੋਣੀ ਚਾਹੀਦੀ ਆ, ਇਕੱਲੀ ITR ਦੇ ਬੇਸਿਸ ਦੇ ਉੱਪਰ ਤੁਸੀਂ ਨਹੀਂ ਅਪਲਾਈ ਕਰ ਸਕਦੇ। ਦੋ ਹਜ਼ਾਰ ਚੌਵੀ ਦੇ ਵਿੱਚ ਜੇ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਰੁਕ ਜਾਓ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਰਵਜੋਤ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਇਸ ਵੀਡੀਓ ਦੇ ਵਿੱਚ। ਆਪਾਂ ਅੱਜ ਗੱਲ ਕਰਾਂਗੇ ਆਸਟ੍ਰੇਲੀਆ ਬਾਰੇ। ਆਸਟ੍ਰੇਲੀਆ ਮੁੱਢ ਤੋਂ ਹੀ ਪੰਜਾਬੀਆਂ ਦੀ ਮਨਪਸੰਦੀਦਾਰ ਕੰਟਰੀ ਹੈ ਆਫਟਰ ਕੈਨੇਡਾ, ਬਟ ਆਸਟ੍ਰੇਲੀਆ ਦੇ ਵਿੱਚ ਜਾਣਾ ਇੰਨਾ ਵੀ ਸੌਖਾ ਨਹੀਂ। ਰੂਲ ਐਂਡ ਰੈਗੂਲੇਸ਼ਨਸ ਬਹੁਤ ਜ਼ਿਆਦਾ ਸਖਤ ਨੇ। 2024 ਦੇ ਵਿੱਚ ਕਿਹੜੇ-ਕਿਹੜੇ ਅਪਡੇਟ ਆਏ ਨੇ? ਸਭ ਤੋਂ ਪਹਿਲਾਂ, ਜੇਕਰ ਤੁਸੀਂ ਪਲੱਸ 2 ਤੋਂ ਬਾਅਦ ਅਪਲਾਈ ਕਰ ਰਹੇ ਹੋ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ, ਤਾਂ ਸਿਰਫ ਤੇ ਸਿਰਫ 1 ਸਾਲ ਦਾ ਹੀ ਗੈਪ ਅਸੈਪਟੇਬਲ ਹੈ। ਜਾਣੀ ਕਿ 2023 ਫੋਰ ਨਾਓ ਅਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ 2024 ਪਾਸ ਆਊਟ ਸਟੂਡੈਂਟ ਹੀ ਲੈ ਜਾਣਗੇ। ਦੂਜਾ, ਜੇਕਰ ਪਲੱਸ 2 ਤੋਂ ਬਾਅਦ ਅਪਲਾਈ ਕਰਨਾ ਹੈ ਜਾਂ ਗ੍ਰੈਜੂਏਸ਼ਨ ਤੋਂ ਬਾਅਦ, ਜੇਕਰ ਤੁਸੀਂ ਸਟੇਟ ਬੋਰਡ ਤੋਂ ਆ ਤਾਂ ਤੁਹਾਨੂੰ ਪ੍ਰੈਫਰੈਂਸ ਨਹੀਂ ਦਿੱਤੀ ਜਾਊਗੀ। ਪੰਜਾਬ ਬੋਰਡ, ਹਰਿਆਣਾ, ਹਿਮਾਚਲ, ਰਾਜਸਥਾਨ ਐਕਸੈਕਟਰਾ, ਸਿਰਫ CBSE ਅਤੇ ICSE ਬੋਰਡ ਨੂੰ ਹੀ ਵੀਜ਼ਾ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ। ਤੀਜਾ, ਜੇਕਰ ਤੁਸੀਂ ਆਪਣੀ ਡਿਗਰੀ ਜਿਹੜੀ ਆ ਗ੍ਰੈਜੂਏਸ਼ਨ ਕੁਰਕਸ਼ੇਤਰ ਯੂਨੀਵਰਸਿਟੀ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਪਲੀਟ ਕੀਤੀ ਹੈ ਤਾਂ ਤੁਹਾਨੂੰ ਵੀਜ਼ਾ ਪ੍ਰੈਫਰੈਂਸ ਨਹੀਂ ਮਿਲੂਗੀ। ਅਤੇ BA ਤੋਂ ਇਲਾਵਾ ਜਿਹੜੀ ਬਾਕੀ ਸਟ੍ਰੀਮਸ ਨੇ, ਫੋਰ ਐਗਜ਼ਾਮਪਲ BBA, BCA, BCOM, ਇਹਨਾਂ ਨੂੰ ਵੀਜ਼ਾ ਪ੍ਰੈਫਰੈਂਸ ਮਿਲ ਰਹੀ ਹੈ ਫੋਰ ਮਾਸਟਰਸ ਪ੍ਰੋਗਰਾਮ। ਇਸ ਤੋਂ ਬਾਅਦ ਜੇਕਰ ਤੁਸੀਂ ਆਪਣਾ ਵਰਕ ਐਕਸਪੀਰੀਅੰਸ ਸ਼ੋਅ ਕਰ ਰਹੇ ਹੋ ਤਾਂ ਤੁਹਾਨੂੰ ਸੈਲਰੀ ਇਨ ਅਕਾਊਂਟ ਚਾਹੀਦੀ ਹੈ, ਬੈਂਕ ਸਟੇਟਮੈਂਟ ਤੁਹਾਡੀ ਹੋਣੀ ਚਾਹੀਦੀ ਆ, ਇਕੱਲੀ ITR ਦੇ ਬੇਸਿਸ ਦੇ ਉੱਪਰ ਤੁਸੀਂ ਨਹੀਂ ਅਪਲਾਈ ਕਰ ਸਕਦੇ। ਉਸ ਤੋਂ ਬਾਅਦ ਲਾਸਟਲੀ, ਤੁਹਾਨੂੰ ਪੜ੍ਹਾਈ ਵਾਸਤੇ ਸਪੋਂਸਰ ਕੌਣ ਕੌਣ ਕਰ ਸਕਦਾ ਹੈ? ਪਹਿਲਾਂ ਤੁਹਾਨੂੰ ਤੁਹਾਡੇ 7 ਜਣੇ ਸਪੋਂਸਰ ਕਰ ਸਕਦੇ ਸੀ, ਮਤਲਬ ਤੁਹਾਡੇ ਮਦਰ, ਫਾਦਰ, ਗ੍ਰੈਂਡ ਪੇਰੈਂਟਸ, ਮਦਰ ਦੀ ਸਾਈਡ ਤੋਂ ਅਤੇ ਫਾਦਰ ਦੀ ਸਾਈਡ ਤੋਂ। ਸੋ ਤੁਸੀਂ ਆਪ ਵੀ ਕਰ ਸਕਦੇ, ਬਟ ਹੁਣ ਇਕੱਲੇ ਤੁਹਾਡੇ ਪੇਰੈਂਟਸ ਹੀ ਤੁਹਾਨੂੰ ਸਪੋਂਸਰ ਕਰ ਸਕਦੇ ਆ ਅਤੇ ਉਹਨਾਂ ਦੀ ਜੋ ਇਨਕਮ ਹੈ ਸਾਲਾਨਾ 12 ਤੋਂ 15 ਲੱਖ ਹੋਣੀ ਚਾਹੀਦੀ ਹੈ। ਸੋ ਆਸਟ੍ਰੇਲੀਆ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ। ਜੇਕਰ ਤੁਸੀਂ 2024 ਦੇ ਵਿੱਚ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਅਚੀਵ ਕਰਨਾ ਚਾਹੁੰਦੇ ਹੋ, ਇਹ ਸਾਰੇ ਤੁਸੀਂ ਬੇਸਿਕ ਜੋ ਰਿਕੁਆਇਰਮੈਂਟਸ ਨੇ ਇਹਨਾਂ ਨੂੰ ਤੁਸੀਂ ਪੂਰੀਆਂ ਕਰਦੇ ਹੋ, ਐਕਸੈਪਟ ਤੁਹਾਡੇ ਅਕੈਡੈਮਿਕਸ। ਅਕੈਡੈਮਿਕਸ ਦੇ ਵਿੱਚ ਆਪਾਂ ਜੇ ਗੱਲ ਕਰ ਲੈਂਦੇ ਹਾਂ, CBSE ਬੋਰਡ ਤੋਂ ਤੁਸੀਂ ਨੋਨ ਮੈਡੀਕਲ, ਮੈਡੀਕਲ ਜਾਂ ਫਿਰ ਤੁਸੀਂ ਕਮਰਸ ਵਿੱਚੋਂ ਪਾਸ ਕੀਤੀ ਹੈ ਪਲੱਸ 2, ਤਾਂ ਤੁਹਾਡੇ 75% ਤੋਂ ਅਬਵ ਮਾਰਕਸ ਹੋਣੇ ਚਾਹੀਦੇ ਨੇ। ਆਰਟਸ ਵਾਲੇ ਬੱਚਿਆਂ ਨੂੰ ਆਸਟ੍ਰੇਲੀਆ ਫਿਲਹਾਲ ਵੀਜ਼ਾ ਨਹੀਂ ਦੇ ਰਿਹਾ, ਸੋ ਆਪਣਾ ਟਾਈਮ ਵੇਸਟ ਨਾ ਕਰੋ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟਸ ਦੇ ਜ਼ਰੀਏ ਆਪਣੇ ਸੁਝਾਅ ਦਿਓ।